ਇਹ ਸਰ ਆਪਾਂ ਇਸ ਵੇਲੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰੀਵਾਲ ਪਿੰਡ ਦੇ ਵਿੱਚ ਖੜ੍ਹੇ। ਤੁਸੀਂ ਕੱਲ੍ਹ ਤੋਂ ਇੱਕ ਨਿਊਜ਼ ਸੁਣਦੇ ਸੀਗੇ, ਸਾਡੇ ਲਈ ਬੜੀ ਚਿੰਤਾਜਨਕ ਨਿਊਜ਼ ਹੈ ਕਿ ਸਾਡੇ 7 ਨੌਜਵਾਨ ਜਿਹੜੇ ਆ ਉਹ ਰਸ਼ੀਆ ਦੇ ਅੰਦਰ ਜਿਹੜੇ ਇਸ ਵੇਲੇ ਯੂਕਰੇਨ ਬਾਰਡਰ ਦੇ ਉੱਤੇ ਆ ਉਹ ਉੱਥੇ ਫਸ ਗਏ ਆ। ਉਹ ਟੂਰਿਸਟ ਵੀਜ਼ਾ ਲਾ ਕੇ ਦਸੰਬਰ ਦੇ ਆਖਰੀ ਹਫ਼ਤੇ ਗਏ ਸੀਗੇ ਅਤੇ ਮੈਂ ਉਹਨਾਂ 'ਚੋਂ ਇੱਕ ਗਗਨਦੀਪ ਸਿੰਘ ਉਹਨਾਂ ਦੇ ਘਰ ਡੇਰੀਵਾਲ ਆਇਆ। ਉਹਨਾਂ ਦੇ ਪਿਤਾ ਜੀ ਸਰਦਾਰ ਬਲਵਿੰਦਰ ਸਿੰਘ, ਉਹਨਾਂ ਦੀ ਮਾਤਾ ਜੀ, ਉਹਨਾਂ ਦੇ ਛੋਟੇ ਭਾਈ ਉਹਨਾਂ ਨੂੰ ਮਿਲੇ ਔਰ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਬੱਲੇ ਸੰਕਟ ਦੀ ਘੜੀ 'ਚ ਅਸੀਂ ਪਰਿਵਾਰ ਦੇ ਨਾਲ ਹਾਂ, ਡੀ ਸੀ ਸਾਹਿਬ ਨਾਲ ਆਏ, ਐੱਸ ਐੱਸ ਪੀ ਸਾਹਿਬ ਸਾਰੇ ਆਏ ਹਾਂ। ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਏ ਹਾਂ ਕਿ ਸਰਕਾਰ ਤੁਹਾਡੇ ਨਾਲ ਨੇ, ਮੁੱਖ ਮੰਤਰੀ ਤੁਹਾਡੇ ਨਾਲ ਹੈ। ਮਾਨ ਸਾਹਿਬ ਕੱਲ੍ਹ ਹੀ ਜਦੋਂ ਨਿਊਜ਼ ਕੱਲ੍ਹ ਸਵੇਰੇ ਇਸ ਵਕਤ ਸਾਨੂੰ ਪਤਾ ਲੱਗਾ, ਉਸੇ ਲਈ ਮੇਰੀ ਡਿਊਟੀ ਲਾਈ। ਮਾਨ ਸਾਹਿਬ ਆਪ ਵੀ ਜਦੋਂ ਸਾਨੂੰ ਲੋੜ ਪੈਂਦੀ ਹੈ ਉਹਨਾਂ ਦੀ ਵੀ ਗੱਲ ਕਰਾਈਦੀ ਹੈ। ਅਸੀਂ ਜਿਹੜਾ ਰਸ਼ੀਆ ਦੇ ਅੰਦਰ ਇੰਡੀਅਨ ਅੰਬੈਸਡਰ ਹੈ ਉਹਦੇ ਨਾਲ ਵੀ ਸੰਪਰਕ ਦੇ ਵਿੱਚ ਹੈ, ਉਹਦਾ ਭਾਰਤੀ ਵਿਦੇਸ਼ ਮੰਤਰੀ ਔਰ ਵਿਦੇਸ਼ ਸਚਿਵ ਜਿਹੜਾ ਆਪਣਾ ਸਕੱਤਰ ਜਿਹੜਾ ਉਹਦੇ ਵੀ ਸੰਪਰਕ ਦੇ ਵਿੱਚ ਹਾਂ। ਅਤੇ ਇੱਥੋਂ ਤੱਕ ਮੈਂ ਇੱਕ ਲੈਟਰ ਜਿਹੜੀ ਹੈ ਰਸ਼ੀਅਨ ਇਮੀਗ੍ਰੇਸ਼ਨ ਨੂੰ ਵੀ ਲਿਖੀ ਹੈ ਕਿ ਸਾਡੇ ਬੱਚੇ ਜਿਹੜੇ ਆ ਇਹਨਾਂ ਨੂੰ ਸਹੀ ਸਲਾਮਤ ਜਿਹੜਾ ਉਹ ਵਾਪਸ ਕੀਤਾ ਜਾਵੇ। ਜਿੰਨਾ ਚਿਰ ਤੱਕ ਵਾਪਸ ਨਹੀਂ ਆਉਂਦੇ ਸਾਡੀ, ਵੈਸੇ ਹੁਣ ਤੱਕ ਅਸੀਂ ਪਿਛਲੇ 2 ਸਾਲਾਂ 'ਚ ਜਦੋਂ ਦੀ ਸਰਕਾਰ ਬਣੀ ਹੈ ਜਿੰਨੇ ਵੀ ਮਤਲਬ ਇੱਦਾਂ ਦੇ ਕੋਈ ਬੱਚੇ ਸਾਡੇ ਬਾਅਦ ਫਸੇ ਅਤੇ CM ਸਾਹਿਬ ਦੀਆਂ ਕੋਸ਼ਿਸ਼ਾਂ ਦੇ ਨਾਲ ਅਸੀਂ ਸਭ ਬੱਚਿਆਂ ਨੂੰ ਲਿਆਉਣ 'ਚ ਕਾਮਯਾਬ ਹੋ ਗਏ। ਕੋਈ ਵੀ ਇੱਦਾਂ ਨਹੀਂ ਹੋਇਆ ਕਿ ਸਾਡੀ ਕੋਸ਼ਿਸ਼ ਤੋਂ ਬਾਅਦ ਕੋਈ ਬੰਦੇ ਦੀ ਉੱਥੇ ਡੈਥ ਹੋ ਗਈ ਹੋਵੇ ਜਾਂ ਕੁਛ ਹੋਵੇ। ਔਰ ਮੈਨੂੰ ਪੂਰਨ ਆਸ ਹੈ ਕਿ ਇਹ ਬੱਚੇ ਵੀ ਸਹੀ ਸਲਾਮਤ ਵਾਪਸ ਆ ਜਾਣਗੇ। 7 ਬੱਚੇ ਸਾਰੇ ਗੁਰਦਾਸਪੁਰ ਦੇ ਨੇ? ਨਹੀਂ, ਗੁਰਦਾਸਪੁਰ ਦੇ 3 ਨੇ ਜੋ ਸਾਨੂੰ ਪਤਾ ਲੱਗਾ, ਇੱਕ ਹੁਸ਼ਿਆਰਪੁਰ ਦਾ, 2 ਸ਼ਹਿਰ ਵਿੱਚ ਮਤਲਬ ਜਿਹੜੇ ਹਰਿਆਣੇ ਦੇ ਆ ਉਹ ਜਿਹੜੇ ਹਰਿਆਣੇ ਵਾਲੇ ਉਹਨਾਂ ਦਾ ਪਤਾ ਕਰਾਂਗੇ ਕਿਹੜੇ ਜ਼ਿਲ੍ਹੇ ਦੇ ਆ। ਪਰ ਇਹ ਲਗਭਗ ਲੋਕੇਟ ਹੋ ਗਏ 4 ਬੱਚੇ ਤਾਂ ਆਪਾਂ ਲੋਕੇਟ ਕਰ ਲਏ ਵੀ ਕਿਹੜੇ ਕਿਹੜੇ ਪਿੰਡ ਦੇ। ਮੈਂ ਬਾਕੀ ਵੀ ਚੱਲਿਆ ਸਾਰੇ ਥਾਵਾਂ 'ਤੇ, 3 ਨੇ ਕਲਾਨੌਰ ਦੇ ਨਾਲ ਆ, ਇਹ ਪਿੰਡ ਅਗਲਾ ਦਰਾਂਗਲੇ ਦੇ ਨਾਲ ਆ, ਉਹਦੇ ਨਾਲ ਦੀਨਾਨਗਰ ਦੇ ਨਾਲ ਅਵਾਂਖਾ ਪਿੰਡ ਉੱਥੇ। ਸੋ ਮੈਂ ਪਰਿਵਾਰਾਂ ਨੂੰ ਕਹਿਣਾ ਆ ਕਿ ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਸੰਕਟ ਦੀ ਘੜੀ 'ਚ ਤੁਹਾਡੇ ਨਾਲ ਖੜ੍ਹੇ ਆ। ਜਿੰਨਾ ਚਿਰ ਤੱਕ ਬੱਚੇ ਨਹੀਂ ਵਾਪਸ ਆਉਂਦੇ ਅਸੀਂ 24 ਘੰਟੇ ਕੋਸ਼ਿਸ਼ ਕਰਾਂਗੇ ਕਿ ਬੱਚੇ ਵਾਪਸ ਆ ਜਾਣ। ਉਹ ਮੈਨੂੰ ਪੂਰਨ ਆਪਣੇ ਗੁਰੂ 'ਤੇ ਵਿਸ਼ਵਾਸ ਆ, ਪਰਮਾਤਮਾ 'ਤੇ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਲੈ ਕੇ ਆਉਣਗੇ। ਗਗਨਦੀਪ ਵਿਚਾਰਾ ਅਜੇ 10+2 ਕੀਤੀ, 23 ਸਾਲ ਦਾ ਬੱਚਾ, ਸਾਰੇ ਬੱਚੇ ਛੋਟੀ ਛੋਟੀ ਉਮਰ ਦੇ ਆ। ਉਹ ਸਾਰੇ ਇਸ ਕਰਕੇ ਚਲੇ ਗਏ ਕਿ ਜਿੱਦਾਂ ਲੋਕਾਂ ਨੇ ਗੱਲਾਂ ਬਣਾਈਆਂ ਕਿ ਇੱਕ ਤਾਂ ਵਿਜੇ ਦੀ ਐਂਟਰੀ ਪਵਾ ਲਓ ਅਤੇ ਫਿਰ ਦੁਬਾਰਾ ਕੋਈ ਅਮੈਰੀਕਾ ਕਨੇਡਾ ਦੀ ਟਰਾਈ ਲਾ ਲਾਂਗੇ। ਉਹ ਗਏ ਤਾਂ ਵਿਚਾਰੇ ਐਂਟਰੀ ਪਾਉਣ ਸੀਗੇ 3-3 ਮਹੀਨਿਆਂ ਦਾ ਵੀਜ਼ਾ, 2-2 ਲੱਖ ਰੁਪਇਆ ਲਾ ਕੇ ਵੀ ਰਸ਼ੀਆ 'ਚ ਐਂਟਰੀ ਪਵਾ ਦਿੰਦੇ। ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਨਾ ਬੰਦੇ ਨੂੰ ਇੱਥੋਂ ਵੀ ਜਾ ਕੇ ਸਾਡੇ ਗਾੜੀ ਕੀ ਪ੍ਰੋਬਲਮ ਆਉਂਦੀ ਹੈ। ਸੋ ਕੋਈ ਗੱਲ ਨਹੀਂ, ਸਮੱਸਿਆਵਾਂ ਆਉਂਦੀਆਂ ਰਹਿੰਦੀਆਂ। ਸਿੱਖ ਕੌਮ ਆਪਾਂ, ਗੁਰੂ ਗੋਬਿੰਦ ਸਿੰਘ ਦੀ ਕੌਮ ਆ, ਗੁਰੂ ਨਾਨਕ ਸਾਹਿਬ ਦੀ ਕੌਮ ਆ, ਸਾਡੇ 'ਤੇ ਬੜੇ ਸੰਕਟ ਆਏ ਹੁਣ ਤੱਕ, ਪਰ ਇਹ ਸੰਕਟ ਵੀ ਹੱਲ ਹੋ ਜੂਗਾ, ਮਹਾਰਾਜ ਸੱਚੇ ਪਾਤਸ਼ਾਹ ਨੂੰ ਹੱਲ ਕਰ ਦੂਗਾ। ਪਰ ਅਸੀਂ ਸਰਦਾਰ ਬਲਵਿੰਦਰ ਸਿੰਘ ਨੂੰ ਕਿਹਾ ਕਿ ਸਰਕਾਰ ਪੂਰੀ ਇਹਨਾਂ ਦੇ ਨਾਲ ਹੈ, ਇਹਨਾਂ ਦੇ ਪਰਿਵਾਰ ਦੇ ਨਾਲ, ਇਹਨਾਂ ਨੂੰ ਦਿਲ ਛੱਡਣ ਦੀ ਲੋੜ ਨਹੀਂ ਗੀ। ਟਾਈਮ ਲੱਗੂਗਾ ਕਿਉਂਕਿ ਦੂਜੇ ਦੇਸ਼ਾਂ ਦਾ ਕੰਮ ਹੈ, ਥੋੜ੍ਹਾ ਟਾਈਮ 2-4 ਦਿਨ ਲੱਗ ਸਕਦਾ, ਦੂਜੇ ਦੇਸ਼ਾਂ ਦਾ ਕੰਮ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦੂ। ਸੋ ਮੈਂ ਇਹਨਾਂ ਨੂੰ ਦੱਸਣ ਹੀ ਆਇਆ ਕਿ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਔਰ ਸਰਕਾਰ ਸਾਰੀ ਇਹਨਾਂ ਦੇ ਨਾਲ। ਸਰ ਮੰਤਰਾਲੇ ਨਾਲ ਗੱਲ ਹੋਈ ਹੈ, ਪਤਾ ਲੱਗਾ ਹੁਣ ਬੱਚੇ ਦੀ ਸਿਚੁਏਸ਼ਨ ਕੀ ਹੈਗੀ ਆ? ਨਹੀਂ, ਬੱਚੇ ਅਜੇ ਉੱਥੇ ਹੈ। ਦੇਖੋ ਇੱਦਾਂ ਇਹ ਸੌਖਾ ਕੰਮ ਨਹੀਂ ਹੁੰਦਾ, ਅਸੀਂ ਅੱਗੇ ਵੀ ਅੱਗੇ ਕੇਸਾਂ 'ਚ ਕਰਦੇ ਹਾਂ। ਇੱਕ ਤਾਂ ਟਾਈਮਿੰਗ ਦਾ ਫਰਕ ਹੈ, ਰਾਤ ਦਿਨ ਦਾ ਫਰਕ ਹੈ ਬਹੁਤ।
ਕਈ ਦਫ਼ਤਰ ਜਿਹੜੇ ਉੱਥੇ ਕਿਸੇ ਟਾਈਮ 'ਤੇ ਲੱਗਦੇ ਆ, ਸਾਡੇ ਕਿਸੇ ਟਾਈਮ 'ਤੇ ਲੱਗਦੇ ਆ, ਪਰ ਮੈਨੂੰ ਲੱਗਦਾ ਕਿ ਇੱਕ ਦੋ ਦਿਨ 'ਚ ਬਕਾਇਦਾ ਉਹਨਾਂ ਦਾ ਬੈਕ ਸਾਨੂੰ ਆਂਸਰ ਆਜੂਗਾ ਕਿ ਬੱਚੇ ਜਿਹੜੇ ਕਿੱਥੇ ਆ ਅਤੇ ਕਿੱਦਾਂ, ਉਹ ਪੂਰਾ ਪਤਾ ਕਰਕੇ ਦੱਸਣਗੇ। ਔਰ ਸ਼ਾਇਦ ਜਿਹੜੇ ਬੰਦੇ ਤੁਹਾਡੇ 'ਚੋਂ ਜਾਣਦੇ ਆ ਕਿ ਰਸ਼ੀਆ ਜਿਹੜਾ ਮੁਲਕ ਆ ਭੂਗੋਲਿਕ ਤੌਰ 'ਤੇ ਵਰਲਡ ਦਾ ਸਭ ਤੋਂ ਵੱਡਾ ਮੁਲਕ ਆ, ਬਹੁਤ ਵੱਡਾ ਮੁਲਕ ਆ, ਮਤਲਬ ਉਹਦੇ ਪਤਾ ਨਹੀਂ ਕਿਹੜੀ ਨੁੱਕਰ 'ਤੇ ਕਿਤੇ ਯੂਕਰੇਨ ਜਿਹੜਾ ਛੋਟਾ ਕੰਟਰੀ ਲੱਗਦਾ ਜਿੱਥੇ ਇਹਨਾਂ ਨੂੰ ਭੇਜਿਆ। ਸੋ ਸੰਪਰਕ ਕਰਨਾ ਉੱਥੇ ਮਤਲਬ ਉਹ ਕਾਫੀ ਔਖਾ ਹੋ ਜਾਂਦਾ, ਪਰ ਹੋ ਜੂਗਾ, ਕੋਈ ਗੱਲ ਨਹੀਂ, ਇੱਕ ਦੋ ਦਿਨ 'ਚ ਆਪਾਂ ਨੂੰ ਆਂਸਰ ਆਜੂਗਾ ਕਿ ਬੱਚੇ ਠੀਕ ਨੇ, ਕੋਈ ਗੱਲ ਨਹੀਂ, ਘਬਰਾਉਣ ਦੀ ਲੋੜ ਨਹੀਂ। ਠੀਕ ਹੈ, ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਜਿਹੜੇ ਬੱਚੇ ਬਾਹਰ ਰਸ਼ੀਆ 'ਚ ਫਸੇ ਨੇ, ਖਾਸ ਕਰ ਡੇਰੀਵਾਲ ਕਿਰਨ ਦੇ ਗਗਨਦੀਪ ਸਿੰਘ ਜਿਹਨਾਂ ਦੇ ਘਰ ਆਏ ਨੇ, ਉਹਨਾਂ ਦਾ ਪਿਤਾ ਜੀ ਸਾਡੇ ਨਾਲ ਗੱਲ ਕਰਾਂਗੇ। ਸਰ, ਮੰਤਰੀ ਸਾਹਿਬ ਆਏ ਨੇ, ਕੀ ਸੁਆਸ਼ਨ ਦੇ ਗਏ ਨੇ? ਉਹਨਾਂ ਨੇ ਪੂਰਾ ਭਰੋਸਾ ਦਵਾਇਆ ਜੀ ਕਿ ਤੁਸੀਂ ਸਭ ਤੋਂ ਪਹਿਲੀ ਗੱਲ ਤਾਂ ਟੈਨਸ਼ਨ ਨਹੀਂ ਲੈਣੀ, ਅਸੀਂ ਹੁਣ ਟੈਨਸ਼ਨ ਸਾਡੀ ਹੈ, ਅਸੀਂ ਪੂਰਾ ਜਿਹੜਾ ਅੱਡੀ ਚੋਟੀ ਦਾ ਜ਼ੋਰ ਮਾਨ ਸਰਕਾਰ ਲਾ ਰਹੀ ਹੈ, ਅੰਬੈਸੀ ਨਾਲ ਵੀ ਸੰਬੰਧ ਹੋ ਰਹੇ ਨੇ, ਅਤੇ ਕਹਿੰਦੇ ਵੀ ਅਸੀਂ ਤੁਹਾਡੇ ਬੱਚੇ ਜਿਹੜੇ ਜਲਦੀ ਤੋਂ ਜਲਦੀ ਵਾਪਸ ਲਿਆਵਾਂਗੇ, ਅਤੇ ਪੂਰਾ ਭਰੋਸਾ ਦਵਾਇਆ ਉਹਨੂੰ, ਥੋੜ੍ਹਾ ਸਕੂਨ ਮਨ ਨੂੰ ਆਇਆ, ਕਹਿੰਦੇ ਵੀ ਕੋਈ ਟੈਨਸ਼ਨ ਨਹੀਂ ਲੈਣ ਦੀ, ਅਸੀਂ ਜਿੰਨਾ ਵੀ ਹੋ ਸਕਦਾ ਜਲਦੀ ਤੋਂ ਜਲਦੀ ਤੁਹਾਡੇ ਬੱਚੇ ਵਾਪਸ ਲਿਆਵਾਂਗੇ। ਜਿਹੜੀ ਵੀਡੀਓ ਵਾਇਰਲ ਹੋਈ, ਵੀਡੀਓ 'ਚ ਤੁਹਾਡਾ ਬੇਟਾ ਵੀ ਦਿਖਦਾ ਸੀ ਜੀ? ਹਾਂ ਜੀ, ਸਾਡਾ ਬੇਟਾ ਦਿਖਦਾ ਜੀ, ਫਰੰਟ 'ਤੇ ਆ ਬੇਟਾ ਜੀ। ਅਤੇ ਤੁਹਾਨੂੰ ਫਿਰ ਕਿੱਦਾਂ ਬੇਟਾ ਗਿਆ ਸੀ, ਕਿਵੇਂ ਤੁਹਾਨੂੰ ਪਤਾ ਲੱਗਾ? ਸਾਨੂੰ ਜੀ ਜਦੋਂ ਗਏ ਉਸ ਤੋਂ ਕਾਫੀ ਚਿਰ ਫੋਨ ਨਹੀਂ ਆਇਆ, ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਤੇ ਜਦੋਂ ਫੋਨ ਉਹਨਾਂ ਨੇ ਦਿੱਤੇ ਨੇ ਇਹਨਾਂ ਨੂੰ, ਅਤੇ ਉਹਨਾਂ ਨੇ ਕਿਹਾ ਵੀ ਸਾਨੂੰ ਉੱਧਰ ਦੀ ਰਸ਼ੀਆ ਦੀ ਪੁਲਿਸ ਨੇ ਫੜ ਲਿਆ ਸੀ, ਅਤੇ ਫੜ ਕੇ ਆਰਮੀ ਦੇ ਹਵਾਲੇ ਕਰਤਾ, ਅਤੇ ਉਹਨਾਂ ਨੇ ਫਿਰ ਕਿਹਾ ਵੀ ਜਾਂ 10 ਸਾਲ ਦੀ ਕੈਦ ਕੱਟਣੀ ਪਏਗੀ, ਅਤੇ ਜਾਂ ਫਿਰ ਤੁਸੀਂ 1 ਸਾਲ ਵਾਸਤੇ ਆਰਮੀ ਜੁਆਇਨ ਕਰ ਲਓ ਜੀ। ਫਿਰ ਇਹਨਾਂ ਨੂੰ ਕੈਂਪ 'ਚ ਭੇਜ ਦਿੱਤਾ, ਉੱਥੇ ਟ੍ਰੇਨਿੰਗ, ਕਹਿੰਦੇ ਸੀ 15 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਤੁਹਾਨੂੰ ਛੋਟਾ ਮੋਟਾ ਹੈਲਪਰ ਦਾ ਕੰਮ ਕਰਾਇਆ ਜਾਏਗਾ। ਪਰ 11 ਕੁ ਦਿਨ ਦੀ ਟ੍ਰੇਨਿੰਗ ਤੋਂ ਬਾਅਦ ਇਹਨਾਂ ਨੂੰ ਜਿੱਥੇ ਉਹਨਾਂ ਨੇ ਕਬਜ਼ੇ ਕੀਤੇ ਨੇ ਰਸ਼ੀਆ ਨੇ ਯੂਕਰੇਨ ਵਿੱਚ, ਉੱਥੇ ਭੇਜ ਦਿੱਤਾ ਗਿਆ ਜੀ। ਇਸ ਕਰਕੇ ਬੱਚੇ ਡਰ ਗਏ ਵੀ ਸਾਨੂੰ ਅੱਗੇ ਵੀ ਭੇਜ ਦੇਣਾ, ਅਤੇ ਫਿਰ ਉਹਨਾਂ ਵੀਡੀਓ ਜਿਹੜੀ ਭੇਜੀ ਹੈ ਜੀ ਕਿਸ ਤਰੀਕੇ ਨਾਲ। ਹੁਣ ਤੁਹਾਨੂੰ ਮੰਤਰੀ ਸਾਹਿਬ ਨੇ ਸੁਆਸ਼ਨ ਦਿੱਤਾ, ਤੁਹਾਨੂੰ ਯਕੀਨ ਹੋ ਗਿਆ ਵੀ ਸਰਕਾਰ ਮਹਿਲ ਪੂਰੀ ਕਰੇਗੀ? ਹਾਂਜੀ, ਇਸ ਵੇਲੇ ਤਾਂ ਪੂਰਾ ਯਕੀਨ ਦਵਾਇਆ ਜੀ ਉਹਨਾਂ ਨੇ, ਅਤੇ ਥੋੜ੍ਹਾ ਮਨ ਨੂੰ ਫਰਕ ਪੈਂਦਾ ਜਦੋਂ ਕੋਈ ਦਲੇਰੀ ਦਿੰਦਾ ਕਿ ਕੋਈ ਗੱਲ ਨਹੀਂ, ਹੁਣ ਸਾਡੀ ਚਿੰਤਾ ਵਾ ਪੰਜਾਬ ਸਰਕਾਰ ਦੀ, ਉਹ ਕਹਿ ਰਹੇ ਕਿ ਮਾਨ ਸਰਕਾਰ ਸਾਰਾ ਪੂਰਾ ਜ਼ੋਰ ਲਾ ਰਹੀ ਹੈ ਜੀ, ਤੁਹਾਡੇ ਬੱਚੇ ਜਲਦੀ ਤੋਂ ਜਲਦੀ ਵਾਪਸ ਆਉਣਗੇ। ਇਹ ਦੱਸੋ ਵੀ ਇਹ ਗਗਨਦੀਪ ਸਿੰਘ ਦਾ ਘਰ ਆ, ਉਹ ਦੇਖ ਸਕਦੇ ਘਰ ਪਰਿਵਾਰ ਦੇ ਹਾਲਾਤ, ਇਹ ਦੇਖਦੇ ਵੀ ਇਹ ਛੋਟੇ ਪਰਿਵਾਰ ਦਾ ਮੁੰਡਾ ਜਿਹੜਾ ਵਿਚਾਰਾ ਘਰ ਗਿਆ, ਇਹਨੂੰ ਪਲੱਸ ਟੂ ਕਰਕੇ ਗਿਆ ਸੀ, ਉਹ ਕਰਨ ਤੋਂ ਬਾਅਦ ਦੇਖਦੇ ਵੀ ਇਹ ਬੱਚਾ ਉੱਥੇ ਜਿਹੜਾ ਫਸ ਗਿਆ ਉਹਨੂੰ ਬਚਾਉਣ ਵਾਸਤੇ ਹੁਣ ਕੁਲਦੀਪ ਸਿੰਘ ਧਾਲੀ ਉਹਨਾਂ ਦੇ ਘਰ ਆਏ ਨੇ, ਉਹਨਾਂ ਦਾ ਕਹਿਣਾ ਕਿ ਜਿਹੜਾ ਬੱਚਾ ਜਲਦੀ ਹੀ ਵਾਪਸ ਲੈਂਦਾ ਜਾਏਗਾ, ਉਹਨਾਂ ਦੀ ਜਿਹੜੀ ਇਹਨਾਂ ਪਰਿਵਾਰ ਨੂੰ ਇੱਕ ਆਸ ਆ ਵੀ ਇਹਨਾਂ ਦਾ ਬੱਚਾ ਜਿਹੜਾ ਜਲਦੀ ਘਰ ਆਏਗਾ। ਨਿਊਜ਼ 18 ਪੰਜਾਬ ਲਈ ਪਿੰਡ ਡੇਰੀਵਾਲ ਕਿਰਨ ਤੋਂ ਪਿਛੰਬਰ ਬਿੱਟੂ।